ਖਾ ਰਿਹਾ ਮੱਕੀ ਦੀ ਰੋਟੀ ਨਾਲ, ਮੱਕੀ ਰੋਟੀ ਕਣਕ ਦੀ ਰੋਟੀ ਨਾਲ ਸਾਗ ਵਰਗੜ ਕਹਿ ਜਾ ਇਹ ਪਰਲੇ ਭੈਣ ਤੋਂ ਲੈ ਕੇ ਆਏ ਜੀ ਸਾਗ ਬਹੁਤ ਸਵਾਦ ਵਧੀਆ ਵਾ ਇੱਕ ਉਰਲੇ ਬਾਈ ਕੇ ਵੀ ਹਨਾ ਨਾਲ ਉਹ ਇਕੱਲੀ ਮੱਕੀ ਰੋਟੀ ਤੇ ਸਾਗ ਹੁੰਦਾ ਤੇ ਭੈਣ ਕੋਲੇ ਸਾਗ ਦਾਲ ਚੌਲ ਸਾਰਾ ਕੁਛ ਹੁੰਦਾ ਮੈਂ ਆਪਦੇ ਲਈ ਚੌਲ ਰਾਤ ਨੂੰ ਖਾਊਂਗੀ ਮੈਂ ਸਵਾਦ ਟੇਸਟ ਬਹੁਤ ਸਵਾਦ ਸਾਗ ਸੱਚੀ ਸਾਗ ਦੁੱਧ ਪਾਵਾਂ ਚਾਹ ਚ ਸਭ ਧੂੰਆਂ ਧੂੰਆਂ ਤੇ ਸਾਡੀ ਚਾਏ ਬਣ ਗਈ ਚਾਏ ਸਤਿ ਸ਼੍ਰੀ ਅਕਾਲ ਗਾਈਸ ਵੀਰੇ ਤੁਹਾਡਾ ਮੇਰੇ ਵਲੌਗ 'ਚ ਸਵਾਗਤ ਹੈ ਗਾਈਸ ਵੀਰੇ ਅਤੇ ਮੈਂ ਅੱਜ ਲੈ ਕੇ ਆਈ ਸੀ ਸ਼ੈਰੋ ਬਰਗਰ ਮੈਂ ਖਾ ਕੇ ਦਿਖਾਉਂਦੀ ਤੁਹਾਨੂੰ ਬਹੁਤ ਟੇਸਟੀ ਆ ਕਦੇ ਕਦੇ ਖਾ ਲੈਣਾ ਚਾਹੀਦਾ ਨਿੱਤ ਨਹੀਂ ਪਾਣੀ ਦਿਓ ਪ੍ਰਗਟੂ ਮੈਂ ਅੱਧਾ ਹੀ ਖਾਊਂਗੀ ਅੱਧਾ ਜੋਤਾ ਖਾਊਂਗਾ ਕੰਬਲ ਦਿਖਾਵਾ ਬਹੁਤ ਸੋਹਣਾ ਕੰਬਲ ਆ ਤੇ ਆਹ ਅਸੀਂ ਕੰਬਲ ਲਿਆਂਦਾ ਅੱਜ ਸ਼ਹਿਰ ਸੋਹਣਾ ਹੈ ਮੋਟਾ ਬਹੁਤ ਹੈ ਗਾਈਸਰੇ ਤੇ ਇਹਦਾ ਰੇਟ ਪਤਾ ਕੀ ਆ ਤੁਹਾਨੂੰ ਰੇਟ ਵੀ ਦੱਸੂਗੀ ਪੂਰੀ ਵੀਡੀਓ ਦੇਖਿਓ ਦੇਖੋ ਕਿੰਨਾ ਮੋਟਾ ਹੈ ਤੁਹਾਡੇ ਬਾਈ ਲਈ ਸਿੰਗਲ ਕੰਬਲ ਹੈ ਇਹ ਕਹਿਰਾ ਆ ਡਬਲ ਬੈੱਡ ਦਾ ਨਹੀਂਗਾ ਡਬਲ ਬੈੱਡ ਦਾ ਨਹੀਂਗਾ ਇਹ ਅਤੇ ਅਸੀਂ ਗਾਈ ਸੀ ਇਹਦੇ ਕੰਬਲ ਲਿਆਂਦਾ ਜੇ ਅਤੇ ਬੈੱਡ ਦਾ ਗੱਦਾ ਅਸੀਂ ਬਣਨਾ ਦੇ ਤਾ ਉਹ ਅਸੀਂ ਦੇ ਆਏ ਹਾਂ ਬਣਨਾ ਹਜੇ ਉਹ ਬਣ ਕੇ ਆਊਗਾ ਸੋਮਵਾਰ ਮੰਗਲਵਾਰ ਤੀਕ ਹਜੇ ਨਹੀਂ ਅਤੇ ਇਸ ਕਰਕੇ ਫਿਰ ਅਸੀਂ ਇਹ ਕੰਬਲ ਲਿਆ ਕਿਉਂਕਿ ਕਹਿੰਦੇ ਮੈਂ ਕੰਬਲ ਲਿਆ ਕਰੂੰਗਾ ਉੱਤੇ ਉੱਪਰ ਗੱਲ ਲਿਆ ਕਾਰ ਫਰਗਣ ਨੂੰ ਗਿਫਟ ਆਈ ਕਾਰ ਫਰਗਣ ਨੂੰ ਗਿਫਟ ਮਿਲਿਆ ਇੱਧਰ ਦੇਖੋ ਸਾਡੇ ਜਵਾਕ ਖਾਂਦੇ ਬਰਗਰ ਚਮਚਾ ਲਿਆ ਚਾਚੇ ਤੋਂ ਕੰਬਲ ਨੂੰ ਨਾ ਲਾ ਦੀ ਨਵੇਂ ਨੂੰ ਵਧੀਆ ਬਰਗਰ ਸਵਾਦ ਜੋਤਾ ਚਮਚਾ ਲਿਆ ਦੂਜਾ ਲਿਆਉਣਾ ਸੀ ਪੁੱਤ ਚਮਚਾ ਨੂਡਲ ਵਾਲਾ ਟਿੱਕੀ ਦਾ ਪਤਾ ਨਹੀਂ ਚੱਲੇਗਾ ਖਾ ਲਈ ਇਹਦੇ ਹੈ ਜੋਤੇ ਟਿੱਕੀ ਖਾ ਗਿਆ ਸਵਾਹ ਸੀ ਮੈਂ ਦੋ ਲਈ ਸੀ ਇੱਕ ਤੇਰਾ ਜੋਤੇ ਉਹ ਚੋਂ ਫਿਰ ਮੈਂ ਖਾ ਗਈ ਤੂੰ ਤਾਂ ਖਾਂਦਾ ਹੀ ਨਹੀਂ ਪੂਰਾ ਬਰਗਰ
ਹਾਂਜੀ ਗਾਈ ਸਿਰੇ ਸਤਿ ਸ਼੍ਰੀ ਅਕਾਲ ਅਤੇ ਗਾਈ ਸਿਰੇ ਤੁਹਾਡਾ ਮੇਰੇ ਬਲੌਗ 'ਚ ਸਵਾਗਤ ਹੈ ਗਾਈ ਸਿਰੇ ਅਤੇ ਗਾਈ ਸਿਰੇ ਮੈਂ ਨਾ ਵੀਡੀਓ ਬਣਾਉਣੀ ਨਹੀਂ ਸੀਗੀ ਪਰ ਕੁਛ ਲੋਕ ਨਾ ਮਜਬੂਰ ਕਰ ਦਿੰਦੇ ਆ ਅੱਕ ਅੱਕ ਕੇ ਬੰਦਾ ਬੋਲਦਾ ਆ ਠੀਕ ਆ ਨਾ ਜੇ ਨਾ ਬੋਲੋ ਕੁਛ ਇਹਨਾਂ ਨੂੰ ਲੱਗਦਾ ਇਹ ਕਮਜ਼ੋਰ ਆ ਹੈ ਨਾ ਵੀ ਜੇ ਜਵਾਬ ਨਾ ਦਿਉ ਜਵਾਬ ਇਹਨਾਂ ਨੂੰ ਦੇਣਾ ਪੈਂਦਾ ਕਿਉਂਕਿ ਦੇਖੋ ਜੇ ਤੁਹਾਡਾ ਜਿਹੜੇ ਗਲਤ ਬੋਲਦੇ ਜੇ ਤੁਹਾਡਾ ਹੱਕ ਆ ਨਾ ਕਮੈਂਟ ਕਰਨ ਦਾ ਤਾਂ ਸਾਡਾ ਵੀ ਹੱਕ ਆ ਤੁਹਾਨੂੰ ਰਿਪਲਾਈ ਦੇਣ ਦਾ ਮੈਂ ਨਾ ਅੱਜ ਵੀਡੀਓ ਪਾਈ ਸੀਗੀ ਯਾਰ ਕੀ ਯਾਰ ਮਜ਼ਾਕ ਆ ਯਾਰ ਮੈਂ ਨਾਰੇ ਲਾਉਣਾ ਯਾਰ ਮਜ਼ਾਕ ਆ ਯਾਰ ਮੈਂ ਨਾਰੇ ਲਾਉਣਾ ਮਜ਼ਾਕ ਨਹੀਂ ਨਾਰੇ ਲਾਉਣਾ ਵੀ ਸਾਨੂੰ ਕਿਵੇਂ ਬੋਲੇ ਐ ਆ ਨਾ ਮੈਂ ਯਾਰ ਮਜ਼ਾਕ ਆ ਉਹ ਮੈਂ ਕਿਹਾ ਮੱਖੜਾ ਡਰਦੇ ਕਿਹੜੀ ਗੱਲਾਂ ਤੋਂ ਤੇ ਦੇਖੋ ਅੱਜ ਅਸੀਂ ਵੀਡੀਓ ਪਾਈ ਸੀ ਅਸੀਂ ਗਏ ਸੀ ਫਰੀਦਕੋਟ ਦੂਜੇ ਚੈਨਲ 'ਤੇ ਵੀਡੀਓ ਪਾਈ ਸੀ ਸਰਾਮ ਵਲੌਗ 'ਤੇ ਠੀਕ ਹੈ ਨਾ ਅਤੇ ਉਹਦੇ 'ਤੇ ਕਮੈਂਟ ਕੀਤੇ ਆ ਦੇਖੋ ਪਹਿਲਾ ਕਮੈਂਟ ਕੀਤਾ ਇੱਕ ਆਈ ਡੀ ਰਵਿੰਦਰ ਸਿੰਘ ਨਾਮ ਤੋਂ ਠੀਕ ਆ ਕਹਿੰਦੇ ਘਰ ਦਾ ਹਾਲ ਦੇਖ ਲਓ ਖਲਾਰਾ ਦੇਖੋ ਬਸ ਆਪਣਾ ਮੂੰਹ ਸਿਰ ਸਵਾਰ ਲਿਆ ਅਤੇ ਬਸ ਹੋਰ ਕੋਈ ਕੰਮ ਨਹੀਂ ਮੈਨੂੰ ਪਤਾ ਕਈਆਂ ਦੇ ਪੀੜ ਹੋਣੀ ਆ ਜਿਹੜੇ ਦੇ ਫੈਨ ਆ ਠੀਕ ਹੈ ਨਾ ਅਤੇ ਬਾਕੀ ਠੀਕ ਹੈ ਨਾ ਵੀਰੇ ਘਰ ਹੈਗਾ ਸਾਡਾ ਠੀਕ ਹੈ ਨਾ ਖਲਾਰਾ ਸਾਡੇ ਕੀ ਆ ਸਾਰੀ ਮੈਂ ਸਫਾਈ ਕਰੀ ਆ ਸਵੇਰੇ ਠੀਕ ਹੈ ਨਾ ਹੁਣ ਮਾੜਾ ਮੋਟਾ ਤਾਂ ਕੱਪੜਾ ਪਿਆ ਰਹਿ ਹੀ ਜਾਂਦਾ ਕਿਤੇ ਠੀਕ ਆ ਅਤੇ ਕੋਈ ਉਹ ਤਾਂ ਇਹਨੂੰ ਦੱਸ ਇਹ ਕੋਈ ਗੱਲ ਆ ਕਮੈਂਟ ਆ ਕਰਨ ਵਾਲਾ ਖਲਾਰਾ ਪਿਆ ਉਹਨੂੰ ਸਿਰ ਸਵਾਰ ਲਿਆ ਅਤੇ ਘਰ ਸਾਡਾ ਹੈ ਹੀ ਇੱਦਾਂ ਦਾ ਹੁਣ ਬਾਹਰੋਂ ਜਦੋਂ ਬਾੜੇ ਪੜੇ ਲਿਖੇ ਹੁੰਦੇ ਹੁੰਦੇ ਨਾ ਐਂ ਕਰਦੇ ਹੁੰਦੇ ਚੱਲ ਤੂੰ ਗਾਂ ਚੱਲ ਘਰ ਦਾ ਮੂੰਹ ਸਿਰ ਹੁਣ ਮੂੰਹ ਸਿਰ ਲਵੇੜ ਕੇ ਜਾਵੜਿਆ ਕਰਾਂ ਸ਼ਹਿਰ ਕੀ ਸੋਚ ਕੇ ਕਮੈਂਟ ਕਰਦੇ ਹੋ ਤੁਸੀਂ ਅਤੇ ਅਗਲਾ ਕਮੈਂਟ ਕੀਤਾ ਆ ਕਿਸੇ ਨੇ ਅਤੇ ਇੰਨੀ ਠੰਡ ਕਹਿੰਦੇ ਇੰਨੀ ਠੰਡ ਆ ਕੋਟੀ ਨਹੀਂ ਵੀਰੇ ਮੈਨੂੰ ਇੰਨੀ ਠੰਡ ਲੱਗਦੀ ਹਜੇ ਇੰਨੀ ਠੰਡ ਹੋਈ ਨਹੀਂ ਦੁਪਹਿਰੇ ਗਏ ਸੀ ਠੀਕ ਆ ਮੇਰੇ ਪਰੇਸ਼ਾਨ ਹੋਇਆ ਕਰਕੇ ਨਾ ਮੈਨੂੰ ਗਰਮੀ ਲੱਗਦੀ ਆ ਠੀਕ ਆ ਮੈਨੂੰ ਨਹੀਂ ਇੰਨੀ ਠੰਡ ਲੱਗਦੀ ਹੈਗੀ ਹਜੇ ਕਿਉਂਕਿ ਧੁੱਪ ਸੀ ਕਿਸੇ ਨੇ ਕੀਤਾ ਵਾ ਸ਼ਿੰਦੋਪੁਰੀ ਚਾਰ ਦਿਨ ਹੋਏ ਲਿਪਸਟਿਕ ਮੇਕਅਪ ਕਰਨ ਲੱਗ ਗਈ ਵੀ ਐਡੀ ਚੰਗੀ ਸੀ ਉਹ ਤੇਰੇ ਕੋਲ ਰਹਿੰਦੀ ਸੀ ਬਾਈ ਮਾੜੀ ਤਾਂ ਸਿੰਦੋ ਸਾਡੀ ਗਵਾਂਢਣ ਸੀ ਹਾਂ ਗਵਾਂਢਣ ਸੀ ਸਾਡੀ ਠੀਕ ਆ ਨਾ ਤੇ ਅਸੀਂ ਵਿਸ਼ਵਾਸ ਕੀਤਾ ਤੇ ਹਾਂ ਵੀ ਦੋਖਾ ਸਾਨੂੰ ਤੇ ਮੇ ਲਿਪਸਟਿਕ ਲਾਉਣ ਨਾਲ ਕੀ ਹੋ ਗਿਆ ਹਾਂ ਫਿਰ ਕੀ ਹੋ ਗਿਆ ਲਿਪਸਟਿਕ ਲਾਉਣ ਨਾਲ ਨਹੀਂ ਲਿਪਸਟਿਕ ਲਾਉਣ ਨਾਲ ਕੀ ਹੋ ਗਿਆ ਮੈਨੂੰ ਇਹ ਦੱਸੋ ਪਹਿਲਾਂ ਜੇ ਮੈਂ ਲਿਪਸਟਿਕ ਲਾ ਲਈ ਠੀਕ ਆ ਇਹਦੇ 'ਚ ਕੀ ਹੋ ਗਿਆ ਮੈਂ ਤਾਂ ਹੈਰਾਨ ਹਾਂ ਇਹਨਾਂ ਦੀਆਂ ਗੱਲਾਂ 'ਤੇ ਦੱਸ ਤੁਸੀਂ ਨਾ ਕਿਸੇ ਨੂੰ ਜੀਣ ਨਾ ਦਿਓ ਆਖਿਰ ਲਿਪਸਟਿਕ ਲਾ ਲਈ ਲੈ ਦੱਸ ਫਿਰ ਕੀ ਹੋ ਗਿਆ ਲਿਪਸਟਿਕ ਲਾ ਲਈ ਬਈ ਹੁਣ ਜਾਣ ਵਾਲਾ ਤਾਂ ਤੁਰ ਗਿਆ ਤੁਰਨ ਵਾਲਾ ਚਲੋ ਅਸੀਂ ਤਾਂ ਆਪਣਾ ਹੁਣ ਘਰ ਦੇਖਣਾ ਹੀ ਆ ਅਸੀਂ ਤਾਂ ਹੁਣ ਆਪਦਾ ਘਰ ਤੋਰਨਾ ਹੀ ਆ ਬੱਚੇ ਪਾਲਣੇ ਅਸੀਂ ਉਹ ਤਾਂ ਆਪਦੀ ਜ਼ਿੰਦਗੀ ਤੋਂ ਅਗਲੀ ਛੁੱਟ ਗਈ ਆ ਠੀਕ ਆ ਮਰਨ ਵਾਲਾ ਮੁੱਕ ਜਾਂਦਾ ਮੇਰਾ ਭਰਾ ਚਲਾ ਗਿਆ ਉਹ ਆਪਦੀ ਜ਼ਿੰਦਗੀ ਤੋਂ ਆਜ਼ਾਦ ਹੋ ਗਿਆ ਮੇਰੇ ਮਾਂ ਪਿਓ ਤਾਂ ਜਿੰਦੇ ਆ ਨਾ ਉਹਨਾਂ ਨੇ ਤਾਂ ਜੀਣਾ ਬੱਚਿਆਂ ਨੇ ਅਸੀਂ ਸਾਡੀ ਤਾਂ ਜ਼ਿੰਦਗੀ ਰੁਕਣ ਵਾਲੀ ਨਹੀਂ ਹੈਗੀ ਅਸੀਂ ਤਾਂ ਜਿੰਨਾ 'ਚ ਸਾਡੇ 'ਚ ਸਾਹ ਆ ਸਾਨੂੰ ਤਾਂ ਸਭ ਕੁਛ ਕਰਨਾ ਪੈਣਾ ਠੀਕ ਆ ਨਾ ਬਾਕੀ ਉਹਦਾ ਦੁੱਖ ਸਾਨੂੰ ਹੈਗਾ ਜਾਂ ਨਹੀਂ ਹੈਗਾ ਇਹ ਰੱਬ ਨੂੰ ਪਤਾ ਪਰਮਾਤਮਾ ਨੂੰ ਤਾਂ ਤੁਸੀਂ ਵਾਲੇ ਸਿਆਣੇ ਨਾ ਬਣਿਆ ਕਰੋ ਕੋਈ ਕਹਿੰਦੇ ਆ ਫਿਰ ਚਾਵਲਾਂ ਦੇ ਚੋਲੀ ਖਾਂਦੀ ਰਹਿੰਦੀ ਆ ਤੇ ਕੋਈ ਕਹਿੰਦੇ ਆ ਫਿਰ ਧੰਨ ਆ ਵੀ ਇਹ ਤਾਂ ਖਾਂਦੀ ਰਹਿੰਦੀ ਆ ਕੀ ਖਾਂਦੀ ਰਹਿੰਦੀ ਆ ਵੀਰੇ ਇੱਕ ਚੌਲ ਇੰਨੇ ਕੁ ਪੁਆਏ ਮੈਂ ਉਹਦੇ ਤੋਂ ਚੌਲ ਭੈਣ ਤੋਂ ਮੈਂ ਨਾਲੇ ਉਹਨੂੰ ਕਹਿ ਕੇ ਥੋੜੇ ਜਿਹੇ ਚੌਲ ਪੁਆਏ ਆ ਗਾਂਹ ਗਏ ਆ ਵੀਰੇ ਨੇ ਸਾਗ ਦੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਡੀ ਵੀਡੀਓ ਪਾ ਦਿਉ ਹਨਾ ਤੇ ਜੇ ਵੀਰੇ ਅਸੀਂ ਜੇ ਕਿਸੇ ਦਾ ਭਲਾ ਕਰਦੇ ਹਾਂ ਅਸੀਂ ਕਿਹੜਾ ਉਹਨਾਂ ਤੋਂ ਪੈਸੇ ਲਏ ਆ ਵੀਰੇ ਜੇ ਮੈਂ ਉਹਨਾਂ ਦੀ ਵੀਡੀਓ ਪਾ ਤੀ ਹਨਾ ਇਹਦੇ 'ਚ ਕੀ ਹੋ ਉਹ ਵੀਰੇ ਨੇ ਮੈਨੂੰ ਕਿਹਾ ਮੱਕੀ ਦੀ ਰੋਟੀ ਖਾ ਲਾ ਇੱਕ ਚੱਲ ਕੋਈ ਨੀ ਰੋ ਕੋ ਨੀ ਮੈਂ ਤੈਨੂੰ ਉਹਨਾਂ ਨੇ ਵੀ ਨਾ ਦੇ ਜਵਾਬ ਇਹ ਕੁੱਤੇ ਭੌਂਕੀ ਜਾਂਦੇ ਹੁੰਦੇ ਇਹੋ ਜਿਹਾ ਨਹੀਂ ਪਰਵਾਹ ਕਰੀ ਦਿੰਦੀ ਆ ਤੇ ਉਹਨੂੰ ਆਪਾਂ ਨੂੰ ਪਤਾ ਵੀ ਜੇ ਭਲਾ ਕਰਦੇ ਤੇ ਰੱਬ ਨੂੰ ਪਤਾ ਇਹ ਜੇ ਤਾਂ ਭਗਾਈ ਕਰੀ ਜਾਂਦੇ ਬਥੇਰੀਆਂ ਕਤੀੜਾਂ ਤੁਰੀਆਂ ਫਿਰਦੀਆਂ ਹੁੰਦੀਆਂ ਦੋ ਦਿਨ ਹੋ ਗਏ ਮੈਂ ਰੋਟੀ ਜਿਹੜੇ ਬੰਦੇ ਸਹੀ ਹੋ ਸਹੀ ਹੈ ਉਹ ਨਹੀਂ ਕਰਦੇ ਕਮੈਂਟ ਉਹ ਸਹੀ ਕਮੈਂਟ ਕਰਦੇ ਦੋ ਦਿਨ ਹੋ ਗਏ ਮੈਂ
ਚੱਜ ਨੂੰ ਰੋਟੀ ਨਹੀਂ ਖਾਧੀ, ਦੋ ਦਿਨ ਹੋ ਗਏ ਮੈਂ ਰੋਟੀ ਆਪਣਾ ਪਰਹੇਜ਼ ਰੱਖਿਆ, ਮਿੱਠਾ ਵੀ ਮੈਂ ਬੰਦ ਕਰਤਾ ਤੇ ਮੈਂ ਬਹੁਤ ਪਰਹੇਜ਼ ਰੱਖਿਆ ਆ, ਮੈਨੂੰ ਮੇਰੇ ਸਰੀਰ ਦਾ ਪਤਾ, ਠੀਕ ਆ ਨਾ, ਤੁਹਾਨੂੰ ਤੁਸੀਂ ਨਾ ਇੰਨਾ ਕਿਸੇ ਨੂੰ ਤਪਾਇਆ ਕਰੋ, ਕਿਉਂ ਇੰਨਾ ਥਪਾਉਂਦੇ ਹੋ, ਮੈਂ ਤੁਹਾਡੇ ਘਰੋਂ ਖਾਣ ਹੁੰਦੀ ਹਾਂ, ਹਰ ਕੁਇੰਟ 'ਚ ਤੁਸੀਂ ਲਿਖਦੇ ਰਹਿੰਦੇ ਹੋ ਮੱਝ, ਇਹ ਮੱਝ ਜੀ ਇਹ ਖਾਂਦੀ ਰਹਿੰਦੀ ਆ ਯਾਰ, ਉਹਨਾਂ ਦੇ ਆਪਦੇ ਘਰੇ ਮਈਆਂ ਹੁੰਦੀਆਂ, ਠੀਕ ਆ, ਕੋਈ ਕਹਿੰਦੇ ਫਰੀ ਦਾ ਖਾਂਦੀ ਆ, ਫਰੀ ਦਾ ਨਹੀਂ ਵੀਰੇ, ਪੈਸੇ ਦੇ ਕੇ ਆਉਂਦੇ ਹਾਂ ਅਸੀਂ ਅਗਲਿਆਂ ਨੂੰ, ਅਗਲੇ ਤਾਂ ਸਾਨੂੰ ਲੋਕ ਤਾਂ ਸਾਨੂੰ ਸੱਦਦੇ ਵੀ ਤੁਸੀਂ ਆਓ ਸਾਡੀ ਦੁਕਾਨ ਤੇ ਵੀ ਮਸ਼ਹੂਰੀ ਕਰਕੇ ਜਾਓ, ਅਸੀਂ ਅਗਲੇ ਤੋਂ ਪੈਸੇ ਵੀ ਨਹੀਂ ਕਈਆਂ ਤੋਂ ਲੈਂਦੇ ਰੇਹੜੀ ਵਾਲਿਆਂ ਤੋਂ, ਜਿਨ੍ਹਾਂ ਦੇ ਆਪਦੇ ਘਰੇ ਹੁੰਦੀਆਂ ਨਾ ਦੋ ਮਈਆਂ, ਉਹਨੂੰ ਉਹ ਗੱਲ ਗਾਹ ਨਾ ਹੁੰਦਾ, ਇਹੋ ਜਿਹੀ ਗੱਲ ਦੇ ਖੁਸ਼ੀ ਟੈਨਸ਼ਨ ਲਿਆ ਕਰ, ਇਹ ਤਾਂ ਲੋਕ ਜਦੋਂ ਅਗਲਾ ਮਾੜੀ ਮੋਟੀ ਤਰੱਕੀ ਕਰ ਲੈਂਦਾ ਕੁੱਤੇ ਭੌਂਕਦੇ ਹੁੰਦੇ ਆ, ਠੀਕ ਆ, ਕੋਈ ਗੱਲ ਨਹੀਂ, ਆ ਕਿਸੇ ਨੇ ਲਿਖਿਆ ਵਾ ਬਾਥਰੂਮ ਦੇ ਗੇਟ ਤਲ ਵਾਲਾ ਵੀਰੇ ਤੂੰ ਲਵਾ ਦੇ ਆ ਕੇ, ਪਤਾ ਨਹੀਂ ਭੈਣ ਆ, ਹਾਂ ਜੇ ਬਾਲਾ ਤੈਨੂੰ ਵੀਰੇ ਤੂੰ ਲਵਾ ਦੇ ਆ ਕੇ, ਜੇ ਤੈਨੂੰ ਜ਼ਿਆਦਾ ਟੈਨਸ਼ਨ ਆ, ਆ ਜਾ ਬਾਥਰੂਮ ਬਣਾ ਦੇ, ਆ ਜਾ, ਤੈਨੂੰ ਜ਼ਿਆਦਾ ਫਿਕਰ ਆ ਵੀਰੇ, ਸਾਨੂੰ ਨਹੀਂ ਪਤਾ ਸਾਡੇ ਬਾਥਰੂਮਾਂ ਦੇ ਗੇਟ ਲੱਗਣ ਵਾਲੇ ਪਏ, ਅਸੀਂ ਲਾਉਣਾ ਮਿਸਤਰੀ, ਅਸੀਂ ਬਣਵਾਉਣੇ ਆ, ਅਸੀਂ ਤੁਹਾਨੂੰ ਨਹੀਂ ਆਉਂਦੇ, ਕਿਸੇ ਨੇ ਕਿਹਾ ਵਾ ਜਿਸ ਹਿਸਾਬ ਨਾਲ ਖਾਂਦੀ ਆ ਟਾਈਮ ਇਹਨੇ ਵੀ ਨਹੀਂ ਕੱਢਣਾ, ਬਹੁਤ ਸੋਹਣੀ ਗੱਲ ਲਿਖੀ ਆ, ਇਹ ਗੱਲ ਲਿਖੀ ਆ ਕਮਲਜੀਤ ਕੌਰ, ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਹੈ ਨਾ ਇੱਦਾਂ ਦੀ ਗੱਲਾਂ ਲਿਖਦੇ ਨੂੰ, ਮੈਂ ਨਾ ਇਹਦਾ ਕਮੈਂਟ ਤੁਹਾਨੂੰ ਇਹਦੇ 'ਤੇ ਸਕਰੀਨਸ਼ੋਟ ਜ਼ਰੂਰ ਲਾਊਂਗੀ, ਇਹਨੇ ਕਮੈਂਟ ਲਿਖਿਆ ਕਿ ਕੱਢਣਾ ਇਹਨੇ ਵੀ ਨਹੀਂ, ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਨਹੀਂ ਖਾਂਦੇ, ਤੂੰ ਆਪ ਮਰ ਜੇ ਭਲਾ, ਹਾਂ ਰੱਬ ਦੇ ਘਰ ਦਾ ਨਹੀਂ ਪਤਾ, ਪਰਮਾਤਮਾ ਦੇ ਘਰ ਦਾ ਕੋਈ ਨਹੀਂ ਪਤਾ ਹੈਗਾ, ਨਹੀਂ ਤੁਸੀਂ ਇਹੋ ਜਿਹਾ ਕਿਸੇ ਲਈ ਅਰਦਾਸਾ ਕਰਦੇ ਹੋ, ਜੇ ਮੈਨੂੰ ਕੁਛ ਹੋ ਗਿਆ ਤੁਸੀਂ ਮੇਰਾ ਘਰ ਸਾਂਭ ਲਓਗੇ, ਮੇਰੇ ਬੱਚੇ ਪਾਲ ਲਓਗੇ, ਨਾਲੇ ਜਿਹੜਾ ਕਹਿੰਦਾ ਹੁੰਦਾ ਨਾ ਉਹਦਾ ਆਪਦਾ ਤੜਕੇ ਨੂੰ ਪਤਾ ਨਹੀਂ, ਉਹਨੇ ਉੱਠਣਾ ਕਿ ਨਹੀਂ ਉੱਠਣਾ, ਜਿਹੜੀ ਕਮਲਜੀਤ ਉਹਦਾ ਪਤਾ ਹੀ ਨਹੀਂ, ਕਰਮਜੀਤ, ਕਰਮਜੀਤ ਆ, ਕਮਲਜੀਤ ਆ, ਉਹ ਕਮਲਜੀਤ ਕੌਰ ਆਈ ਡੀ ਆ, ਇਹ ਕੋਈ ਕਿਸੇ ਦੀ ਆਈ ਡੀ, ਕੋਈ ਕੁੜੀ ਆ ਇਹ, ਤੇ ਫੋਟੋ ਲੈ ਇਹੋ ਜਿਹੇ ਤੜਕੇ ਨੂੰ ਭਲਾ ਪਟਾਕਾ ਪਿਆ ਪਿਆ ਹੋਵੇ ਤੇ ਕਮੈਂਟ ਲਿਖਿਆ ਹੀ ਰਹਿ ਜਾਂਦਾ, ਕਮੈਂਟ ਵੇਖ ਲਓ ਕਿੱਦਾਂ ਗੰਦਾ ਲਿਖਿਆ ਵਾ, ਉਹ ਮੁੜ ਕੇ ਜਿਹੜਾ ਕੋਈ ਚੱਕਦਾ ਨਾ ਦੂਜਾ ਫੋਨ, ਉਹ ਦੱਸ ਦਿੰਦਾ ਵੀ ਇਹਨੇ ਤਾਂ ਯਾਰ ਫਲਾਣੇ ਨੂੰ ਕੀਤਾ, ਮਾੜੀ ਕੀਤੀ ਸੀ ਤਾਂ ਇਹਦੇ ਨਾਲ ਮਾੜੀ ਹੋਈ, ਕਿਸੇ ਨੂੰ ਇੰਨਾ ਦੁਖੀ ਕਰ ਦਿੰਦੇ ਕਿ ਉਹਦੀ ਆਂਦਰਾਂ ਦੁਰਾ ਸਿੱਸਾ ਦੇਣ, ਮੈਂ ਤੁਹਾਨੂੰ ਜਾਣਦੀ ਨਹੀਂ, ਤੁਹਾਨੂੰ ਮੈਂ ਫੇਸ ਟੂ ਫੇਸ ਨਹੀਂ ਮਿਲੀ ਜਿਹੜੇ ਗਲਤ ਕਮੈਂਟ ਕਰਦੇ, ਠੀਕ ਆ, ਪਰ ਪਰਮਾਤਮਾ ਤੁਹਾਨੂੰ ਜਾਣਦਾ, ਉਹ ਕੱਢੋ, ਮੈਂ ਤਾਂ ਫਿਰ ਵੀ ਨਹੀਂ ਬੁਰਾ ਕਹਿੰਦੀ ਕਿਸੇ ਨੂੰ, ਮੈਂ ਤਾਂ ਕਹੀ ਕਹਿੰਦੀ ਆ ਬੁਰਾ, ਪਰਮਾਤਮਾ ਗੱਲ ਘੁੱਟੋ ਨਾ, ਪਰਮਾਤਮਾ ਦੀ ਹਦਾਇਤ, ਜੇ ਕਿਸੇ ਨਾਲ ਮਾੜੀ ਕਰਾਂਗੇ ਤਾਂ ਪਰਮਾਤਮਾ ਹੀ ਆਪਣਾ ਵੀ ਗੱਲ ਘੁੱਟੂਗਾ, ਜੇ ਕਿਸੇ ਦਿਲ ਦਿਖਾਉਂਦੇ ਆ ਨਾ, ਮੈਨੂੰ ਸਾਰੇ ਕਹਿ ਦਿੰਦੇ ਆ ਕਿ ਤੈਨੂੰ ਏਦਾਂ ਕਮੈਂਟ ਕਰਤਾ, ਤੈਨੂੰ ਏਦਾਂ ਵੀ ਨੈਗੇਟਿਵ ਬੋਲਦੇ ਆ, ਹਨਾ ਗੱਲ ਬੋਲੀ ਜਾਣ, ਜਦੋਂ ਤੈਨੂੰ ਮੈਂ ਕਿਸੇ ਨਾਲ ਟੈਨਸ਼ਨ ਕਿਸੇ ਦੀ ਨਹੀਂ ਲੈਣੀ, ਭੈਣ ਤੋਂ ਇੱਥੇ ਤਾਂ ਲੋਕ ਆਈ ਹੁੰਦਾ, ਇਹ ਤਾਂ ਮੈਂ ਕਿਹੜਾ ਕਿਸੇ ਤੋਂ ਲੈ ਕੇ ਤੁਹਾਡੇ ਤੋਂ ਖੋ ਕੇ ਖਾਂਦੀ ਹਾਂ, ਕਿਸੇ ਦਾ ਹੱਕ ਖਾਂਦੀ ਹਾਂ ਮੈਂ, ਆਪਣਾ ਅਸੀਂ ਮਿਹਨਤ ਕਰਦੇ ਹਾਂ, ਇਹ ਵੀ ਮਿਹਨਤ, ਯੂਟਿਊਬ 'ਤੇ ਕੰਮ ਕਰਨਾ ਸੌਖਾ ਨਹੀਂ ਹੈਗਾ, ਠੀਕ ਆ ਨਾ, ਮੈਂ ਮਿਹਨਤ ਕਰਦੀ ਹਾਂ, ਮੈਂ ਆਪਣੇ ਬੱਚਿਆਂ ਲਈ ਕਰਦੀ ਹਾਂ, ਮੇਰਾ ਇੱਕ ਜਵਾਕ ਉੱਥੇ ਆ, ਮੇਰੇ ਮਾਂ ਦੇ ਕੋਲ, ਮਿਹਨਤ ਦਾ ਹੀ ਆ, ਕੋਈ ਵੀ ਕੰਮ ਮਿਹਨਤ ਦਾ ਹੀ ਆ, ਤੇ ਮਿਹਨਤ ਕਰਨੀ ਆ, ਤੁਸੀਂ ਕਰਕੇ ਦੇਖ ਲਓ, ਵੀਡੀਓ ਵਲੌਗ ਅਪਲੋਡ ਕਰਕੇ ਦੇਖੋ, ਐਡੀਟਿੰਗ ਕਰਕੇ, ਕਿੰਨਾ ਦਿਮਾਗ ਲੱਗਦਾ ਹੈ, ਤੁਸੀਂ ਇੱਕ ਗੰਦਾ ਕਮੈਂਟ ਕਰਕੇ ਚਲੇ ਆ, ਤੂੰ ਕਰੀ ਜਾਂਦੇ, ਮੈਂ ਤਾਂ ਤੈਨੂੰ ਉਹਨਾਂ ਨੂੰ ਕਰੀ ਜਾਂਦੇ, ਮੈਂ ਮੇਰਾ ਟੈਨਸ਼ਨ ਲਿਆ ਕਰ, ਕੁਛ ਨਹੀਂ ਹੁੰਦਾ ਉਹਨੂੰ, ਕਹਿ ਜੇ ਤੇ ਇੱਕ ਕੀਤਾ ਉਹਨੂੰ ਦੋ ਕਰ ਲਾ, ਵੀ ਤੂੰ ਢਿੱਡ ਭਰ ਲਾ, ਜੇ ਭੁੱਖਾ ਨਾ, ਮੈਂ ਤਾਂ ਚੌਲ ਖਾ ਕੇ ਢਿੱਡ ਭਰ ਲਿਆ, ਤੂੰ ਕਮੈਂਟ ਕਰਕੇ ਢਿੱਡ ਭਰ ਲਾ, ਹੋਰ ਕਰ ਲਾ, ਇਹ ਕੁਛ ਨਹੀਂ ਹੁੰਦਾ, ਟੈਨਸ਼ਨ ਨਾ ਲਿਆ ਕਰ, ਇੰਨਾ ਕਿਸੇ ਨੂੰ ਕਦੇ ਦੁਖੀ ਨਹੀਂ ਕਰਨਾ ਚਾਹੀਦਾ, ਮੈਂ ਛੇਤੀ, ਮੈਨੂੰ ਕਹਿੰਦੇ ਨਾ ਇਹ ਰੋ ਕੇ ਵੀਡੀਓ ਪਾ ਦਿੰਦੀ ਹੈ, ਰੋ ਛੇਤੀ ਉਹ ਹੋ ਜਾਂਦੀ ਆ, ਹਨਾ ਵੀ ਦੇਖੋ ਬਈ ਮੈਂ ਇਨਸਾਨ ਆ,
ਦੁੱਖ ਲੱਗਦਾ, ਤਕਲੀਫ ਹੁੰਦੀ ਆ ਜਦੋਂ ਕੋਈ ਗਲਤ ਬੋਲਦਾ। ਮੈਨੂੰ ਮੇਰੀ ਕੋਈ ਗਲਤੀ ਹੈਗੀ ਤਾਂ ਤੁਸੀਂ ਮੈਨੂੰ ਦੱਸੋ, ਵੀ ਮੈਂ ਕੋਈ ਗਲਤ ਕੋਈ ਗਾਲ ਕੱਢੀ ਵੀਡੀਓ 'ਚ, ਕੋਈ ਮੇਰਾ ਅੰਗ ਪ੍ਰਦਰਸ਼ਨ ਹੋਇਆ, ਕੋਈ ਅਸ਼ਲੀਲਤਾ ਦਿਖਾਈ। ਸਿਰਫ ਇੱਕ ਖਾਣ ਪਿੱਛੇ ਤੁਸੀਂ ਬੋਲਦੇ ਹੋ, ਖਾਣ ਪਿੱਛੇ ਬੋਲਦੇ ਤੁਸੀਂ ਵੀ ਖਾਂਦੀ ਆ ਖਾਂਦੀ ਆ, ਕੀ ਹੈ ਬਈ? ਮੈਨੂੰ ਇਹ ਨਹੀਂ ਸਮਝ ਆਉਂਦੀ। ਤੁਹਾਨੂੰ ਨਹੀਂ ਚੰਗਾ ਲੱਗਦਾ ਵੀਰੇ, ਨਾ ਦੇਖੋ ਵੀਰੇ ਵੀਡੀਓ। ਕਮੈਂਟ ਕਰਨ ਦਾ ਕੀ ਮਤਲਬ? ਕਮੈਂਟ ਕਹਿੰਦੇ ਨਾ ਕਰਿਆ ਕਰੋ ਯਾਰ, ਪੜ੍ਹੇ ਲਿਖੇ ਬੰਦੇ ਆ ਜਿਹੜੇ ਕਮੈਂਟ ਕਰਦੇ ਆ, ਅਨਪੜ੍ਹ ਬੰਦੇ ਨੂੰ ਤਾਂ ਕਿਉਂਕਿ ਲਿਖਣਾ ਨਹੀਂ ਆਉਂਦਾ। ਪੜ੍ਹਿਆ ਪੜ੍ਹਿਆ ਬੰਦਾ ਲਿਖਦਾ ਅੰਗਰੇਜ਼ੀ, ਠੀਕ ਹੈ, ਚੰਗੇ ਸਕੂਲਾਂ 'ਚ ਪੜ੍ਹੇ ਆ ਯਾਰ। ਕਿਸੇ ਦੀ ਜ਼ਿੰਦਗੀ ਕੋਈ ਜਿਵੇਂ ਮਰਜ਼ੀ ਆਪਦੀ ਜ਼ਿੰਦਗੀ ਚਲਾਵੇ ਯਾਰ, ਤੁਸੀਂ ਇਸ ਗੱਲ ਤੋਂ ਕੀ ਲੈਣੀ? ਨਾ ਤੁਹਾਡੇ ਕਮੈਂਟ ਕਰਨ ਨਾਲ ਕੁਛ ਅਸੀਂ ਬੰਦ ਕਰਨਾ, ਠੀਕ ਹੈ? ਜਿਵੇਂ ਚੱਲ ਇਹਦਾ ਤਾਂ ਦਿਮਾਗ ਇਹੋ ਜਿਹਾ ਹੀ ਹੈ, ਠੀਕ ਹੈ, ਪਹਿਲਾਂ ਤਾਂ ਭੋਲੀ ਹੈ, ਠੀਕ ਹੈ, ਅਤੇ ਕਮਲੀ ਹੈ, ਮੈਂ ਤਾਂ ਇਹਨੂੰ ਆਉਂਦਾ ਹੀ ਨਹੀਂ ਤਾਂ ਹੀ, ਅਤੇ ਇਹਦਾ ਰੋਣ ਲੱਗ ਪੈਂਦੀ, ਬਿੱਟਣ ਲੱਗ ਪੈਂਦੀ ਹੈ, ਕਿਉਂ ਤੁਸੀਂ ਐਵੇਂ ਨਾ ਕਰਿਆ ਕਰੋ ਮੇਰੇ ਬਾਈ ਕਮੈਂਟ ਯਾਰ? ਅਤੇ ਇਹ ਤਾਂ ਪੜ੍ਹੇ ਲਿਖੇ ਆ, ਚੱਲ ਇਹ ਤਾਂ ਨਹੀਂ ਪੜ੍ਹੀ ਲਿਖੀ, ਇਹ ਤਾਂ ਖਾਣ ਪੀਣ ਚੱਲ ਯਾਰ ਇਹ ਸ਼ਹਿਰ ਦੇ ਆ, ਖਾ ਪੀ ਲੈਂਦੀ ਹੈ, ਫਿਰ ਕਿੱਡੀ ਕੁ ਗੱਲ ਆ, ਕੋਈ ਖਾਸ ਗੱਲ ਤਾਂ ਨਹੀਂ ਖਾਣ ਪੀਣ 'ਚ, ਪਰ ਸੋਚਿਆ ਕਰੋ ਮਾੜਾ ਮੋਟਾ ਵੀ। ਨਹੀਂ ਯਾਰ ਅਨਪੜ੍ਹ, ਮੈਂ ਅਨਪੜ੍ਹ ਬੰਦਾ, ਮੈਂ ਨਹੀਂ ਕਿਸੇ ਨੂੰ ਕੋਈ ਮਾੜੀ ਗੱਲ ਆਉਂਦਾ ਯਾਰ। ਤੁਸੀਂ ਸਾਡੀ ਜ਼ਿੰਦਗੀ ਆ, ਪਹਿਲਾਂ ਵੀ ਚੱਲਦੀ ਸੀ, ਹੁਣ ਵੀ ਚੱਲਦੀ, ਠੀਕ ਹੈ, ਉਹ ਦੇਣ ਵਾਲਾ ਮਹਾਰਾਜਾ, ਦੰਦਾ ਨਹੀਂ ਕੋਈ ਵੀ ਕਿਸੇ ਨੂੰ ਦਿੰਦਾ, ਠੀਕ ਹੈ, ਉਹ ਮਹਾਰਾਜਾ। ਜੇ ਬੰਦਿਆਂ ਨੇ ਸਾਡਾ ਕੰਮ ਵੀ ਕੀਤਾ ਨਾ, ਜੇ ਕਿਸੇ ਨੇ, ਉਹ ਇਹਨਾਂ 'ਚ ਮਹਾਰਾਜ ਵਸਿਆ, ਅਤੇ ਫਿਰ ਅਗਲੀ ਯੂਟਿਊਬ 'ਤੇ ਆ, ਉਹਦੇ ਆਉਂਦੇ ਆ, ਜਿੰਨੇ ਆਉਂਦੇ ਉਹਦੇ ਨਾਲ ਸਾਡੀ ਆਈ ਚਲਾਈ ਚਲੀ ਜਾਂਦੀ, ਸਾਡਾ ਘਰ ਚੱਲਦਾ, ਸਾਨੂੰ ਜ਼ਰੂਰਤ ਆ। ਅਸੀਂ ਹੁਣ ਬੈੱਡ ਲਿਆ, ਕਈਆਂ ਨੂੰ ਇਹ ਵੀ ਤਕਲੀਫ ਹੋਈ ਆ ਵੀ ਬੈੱਡ ਲੈ ਲਿਆ, ਇਹ ਬਹੁਤ ਤਕਲੀਫ ਹੋਈ ਕਈਆਂ ਨੂੰ ਵੀ ਬੈੱਡ ਲੈ ਲਿਆ, ਉਹ ਕਹਿ ਦਿੰਦੀ ਹੈ ਪੈਸੇ ਨਹੀਂ, ਹੁਣ ਬੈੱਡ ਲੈ ਲਿਆ। ਬਈ ਜ਼ਰੂਰਤ ਸੀ ਲੈ ਲਿਆ, ਮੈਨੂੰ ਇਹਦੀ ਜ਼ਰੂਰਤ ਸੀ, ਮੇਰੇ ਕੋਲ ਪੇਟੀ ਹੈ ਨਹੀਂ ਸੀ, ਬੈੱਡ ਸੀ, ਮੈਂ ਇਹਦੇ 'ਚ ਕੱਪੜੇ ਰੱਖਣੇ ਸੀ, ਮੇਰੇ ਕੱਪੜੇ ਬਾਹਰ ਰੁਲਦੇ, ਮੈਂ ਲੈਣਾ ਹੀ ਸੀ ਚੀਜ਼, ਮੈਨੂੰ ਜਿਹੜੀ ਜ਼ਰੂਰਤ ਆ। ਹੁਣ ਕੱਲ੍ਹ ਨੂੰ ਮੈਂ ਕਿਤੇ ਘੁੰਮਣ ਜਾਊਂਗੀ, ਤੁਸੀਂ ਤਾਂ ਉਹ ਵੀ ਕਹਿ ਦੂੰਗੇ ਲੈ ਤਾਂ ਘੁੰਮਣ ਜਾਂਦੀ ਹੈ ਤਾਂ ਐਂ ਕਰਦੀ। ਬਈ ਕੀ ਗੱਲ, ਸਾਡੀ ਜ਼ਿੰਦਗੀ ਅਸੀਂ ਜੀ ਨਹੀਂ ਸਕਦੇ, ਸਾਨੂੰ ਹੱਕ ਨਹੀਂ ਹੈਗਾ ਖੁਸ਼ ਰਹਿਣ ਦਾ। ਨਹੀਂ ਬਾਈ, ਜਿਹੜੇ ਚੰਗੇ ਕਮੈਂਟ ਕਰਦੇ ਉਹਨਾਂ ਦਾ ਧੰਨਵਾਦ, ਜਿਹੜੇ ਮਾਰੇ ਕਰਦੇ ਉਹਨਾਂ ਦਾ ਦੋ, ਠੀਕ ਹੈ। ਐਵੇਂ ਟੈਨਸ਼ਨ ਲਿਆ ਕਰ, ਤੂੰ ਨਾ ਹੈਗਾ, ਐਵੇਂ ਨਾ ਕਰਵਾਇਆ ਕਰ, ਕਰਵਾਇਆ ਨਾ ਕਰ, ਪਾਪਾ ਆਉਣਾ ਬਾਈ, ਪਾਪਾ ਮੇਰਾ ਆਉਣਾ ਬਾਈ, ਉਹਨੇ ਕਹਿੰਦਾ ਕਰਵਾਈ ਨਾ ਕਿਸੇ ਗੱਲੋਂ ਵੀ, ਮੈਂ ਹੈਗਾ ਉਹ ਗੱਲ ਆ, ਕਰਵਾਈ ਨਾ ਹੈਗਾ। ਫਿਰ ਵੀ ਹਨਾ ਕਿੰਨਾ ਦੁੱਧ ਹਟ ਕਰਦੇ ਆ ਯਾਰ, ਉਹ ਫਿਰ ਪੜ੍ਹੇ ਲਿਖੇ ਹੋ ਕੇ ਬੰਦੇ ਫਿਰ ਅਨਪੜ੍ਹਾਂ ਵਾਲੀਆਂ ਗੱਲਾਂ ਕਰ ਕਰਕੇ ਵਿਖਾਈ ਜਾਂਦੇ ਆ ਨਾ। ਅੱਜ ਪੁਰਾਣੀਆਂ ਬੰਦੇ ਗੱਲਾਂ ਸੁਣਾਉਂਦੇ, ਇੱਕ ਬਜ਼ੁਰਗ ਹੈ ਮੱਘਰ ਸਿੰਘ ਵੇਲਾ, ਪੁਰਾਣੀਆਂ ਗੱਲਾਂ ਸੁਣਾਉਂਦਾ, ਜੱਗ ਬੀਤੀ ਜੋ ਪਹਿਲਾਂ ਰਹਿਣ ਦੀਆਂ ਗੱਲਾਂ ਸੁਣਾਉਂਦੇ ਆ ਉਹ, ਠੀਕ ਹੈ, ਕਿੰਨੇ ਸੋਹਣੇ ਲੱਗਦੇ ਆ ਯਾਰ, ਉਹ ਨਹੀਂ ਵੇਖ ਕਿੰਨੀਆਂ ਸੋਹਣੀਆਂ। ਹਾਂ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ ਮੁੰਡਾ, ਉਹ ਬਹੁਤ ਵਧੀਆ ਬਾਈ ਸੇਵਾ ਕਰੀ ਜਾਂਦਾ, ਬਹੁਤ ਧੰਨਵਾਦ ਆਪਾਂ ਇੰਨਾ ਇਹੋ ਜਿਹੇ ਕੰਮ ਕਰ ਗਏ, ਆਪਾਂ ਵੀ ਨਾਲ ਰਲ ਗਏ ਉਹਨਾਂ ਦੇ ਯਾਰ, ਕੋਈ ਚੰਗਾ ਕੰਮ ਕਰੀਏ ਜ਼ਿੰਦਗੀ 'ਚ, ਜੇ ਆਏ ਇਹ ਥੋੜ੍ਹੋ ਆਏ ਹਾਂ, ਮੈਂ ਵੀ ਇਹ ਚੀਜ਼ ਮੈਂ ਵੀ ਆਉਣਾ ਲੋਕਾਂ ਦੀ ਮਦਦ ਕਰੀਏ, ਮੈਂ ਕਰਦਾ ਵੀ ਜਿੰਨੇ ਕੁ ਜੋਗਾ ਮੈਂ ਉਨੇ ਕੁ ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਕਰਿਆ ਕਰੋ ਮੇਰੇ ਬਾਈ, ਗੰਦੇ ਕਮੈਂਟ ਕਰਨਾ ਕੋਈ ਨਹੀਂ, ਜਿੰਨੇ ਸਾਡੇ ਕਮੈਂਟ ਕਰਦੇ ਉਨੇ 'ਚ ਹੀ ਵਿਚਾਰੇ ਕਿਸੇ ਦੀ ਮਦਦ ਕਰੋ, ਕਿਸੇ ਭਲਾ ਕਰੋ, ਭਲਾ ਕਰੋ, ਜਿਸਦਾ ਚੰਗਾ ਸੋਚਾਂਗੇ ਨਾ ਆਪਣਾ ਹੋਊਗਾ ਚੰਗਾ। ਗਾਈਸ ਵੀਰੇ, ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ, ਦੱਬ ਕੇ ਉਹ ਬਟਨ ਦਬਾ ਦਿਓ ਜੀ, ਘੰਟੀ ਦਾ ਬਟਨ ਦਬਾ ਦਿਓ, ਧੰਨਵਾਦ ਹੋਵੇਗਾ। ਇਹ ਤਾਂ ਕਹਿੰਦੇ ਇਹਨੂੰ ਐਂ ਕਰ ਦਿਓ ਐਂ ਕਰ ਦਿਓ, ਮਾੜਾ ਬੋਲਦੇ। ਹੁਣ ਕੋਈ ਕਿਸੇ ਨੇ ਕਿਹਾ ਕਿ ਇਹਨੇ ਜ਼ਿਆਦਾ ਦੇਰ ਨਹੀਂ ਕੱਢਣਾ, ਵੀਰੇ ਤੁਸੀਂ ਰੱਬ ਹੋ, ਤੁਹਾਨੂੰ ਪਤਾ ਮਰਨਾ ਕਿ ਜੀਣਾ, ਤੁਸੀਂ ਦੱਸ ਸਕਦੇ ਹੋ? 5 ਸਾਲ ਪਹਿਲਾਂ ਵੀ ਇਹ ਗੱਲ ਕਹਿਤੀ ਸੀ, ਉਹ ਸਾਲ ਵੀ ਨਹੀਂ ਕੱਢਣਾ ਸੀ, ਮੈਨੂੰ ਡਾਕਟਰ ਨੇ ਕਹਿਤਾ ਸੀਗਾ ਵੀ ਤੈਨੂੰ ਉਹ ਬਿਮਾਰੀ ਹੈ, ਬਿਮਾਰੀ ਹੈ ਜਿਹੜੀ ਗੰਦੀ, ਮਹਾਰਾਜ ਨੇ ਉਹ ਵੀ ਚੱਕਤੀ, ਤੁਸੀਂ ਕਿੱਥੇ ਤੁਰੇ ਫਿਰਦੇ ਆ ਯਾਰ। ਨਾ ਮੇਰੇ ਬਾਈ, ਪੜ੍ਹੇ ਲਿਖੇ ਮੇਰੇ ਬੱਚੇ ਕਮੈਂਟ ਪੜ੍ਹਦੇ ਉਹਨਾਂ ਨੂੰ ਫੀਲ ਹੁੰਦਾ ਵਾ, ਮੇਰੇ ਮਾਂ ਪਿਓ ਪੜ੍ਹਦੇ ਉਹਨਾਂ ਨੂੰ ਦੁੱਖ,
ਮੇਰੇ ਮੰਮੀ ਪਾਪਾ ਕਮੈਂਟ ਪੜ੍ਹਦੇ, ਮੇਰੀ ਮਾਂ ਪੜ੍ਹਦੀ ਆ, ਮੇਰੀ ਮਾਂ ਕਹਿ ਦਿੰਦੀ ਆ ਉਹ ਤਾਂ ਤੈਨੂੰ ਇੱਦਾਂ ਬੋਲਿਆ, ਉਹਨਾਂ ਨੂੰ ਬੁਰਾ ਲੱਗਦਾ। ਮੈਂ ਉਹਨਾਂ ਦੀ ਧੀ ਆ, ਤੁਸੀਂ ਵੀ ਕਿਸੇ ਦੀ ਧੀ ਆ ਪੁੱਤ ਹੋ, ਹੈ ਨਾ। ਤੁਹਾਨੂੰ ਕੋਈ ਗਲਤ ਬੋਲੇ, ਤੁਹਾਨੂੰ ਕੋਈ ਮੱਝ ਕਵੇ, ਕੁਛ ਕਵੇ,